ਦੇਖ ਰਹੇ ਹੋ ਤੇ ਲਾਈਏ ਜੇ ਯਾਰੀਆਂ ਦਾ ਮੈਲਬਨ ਦੇ ਵਿੱਚ ਅੱਜ ਪਹਿਲਾ ਸ਼ੋਅ ਸੀ ਉਹ ਦੇਖ ਕੇ ਬਾਹਰ ਨਿਕਲ ਚੁੱਕੇ ਬਹੁਤ ਸਾਰੇ ਜਣੇ ਇੱਥੇ ਨਾਲ ਨੇ ਸਾਡੇ ਉਹਨਾਂ ਨੂੰ ਪੁੱਛਦੇ ਆ ਕਿ ਫਿਲਮ ਕਿੱਦਾਂ ਲੱਗੀ ਭਾਜੀ ਕਿੱਦਾਂ ਲੱਗੀ ਫਿਲਮ ਭਾਜੀ ਬਹੁਤ ਸੋਹਣੀ ਫਿਲਮ ਸੀ ਬਹੁਤ ਵਧੀਆ ਬਹੁਤ ਵਧੀਆ ਬਹੁਤ ਕੈਮ ਸਟੋਰੀ ਸਭ ਕੁਝ ਬਹੁਤ ਵਧੀਆ ਸਭ ਕੁਝ ਡਾਇਲੋਗ ਵਗੈਰਾ ਸਭ ਕੁਝ ਵਧੀਆ ਭਾਜੀ ਅੰਬਰਦੀਪ ਨੇ ਲਿਖੇ ਆ ਤੇ ਡਾਇਲੋਗ ਵਧੀਆ ਕਿਉਂ ਨਹੀਂ ਹੋਣੇ ਹਾਂਜੀ ਭਾਜੀ ਮੁਸਕਰਾ ਰਹੇ ਹੋ ਫਿਲਮ ਕਿਵੇਂ ਲੱਗੀ ਆ ਕੇ ਭਾਜੀ ਇੱਧਰ ਆਓ ਹਾਂਜੀ ਕਿੱਦਾਂ ਲੱਗੀ ਹਾਂਜੀ ਫਿਲਮ ਵਧੀਆ ਲੱਗੀ ਜੀ ਵਧੀਆ ਲੱਗੀ ਕੀ ਜ਼ਿਆਦਾ ਸਭ ਤੋਂ ਵਧੀਆ ਕੀ ਵਧੀਆ ਲੱਗਾ ਡਾਇਲ੾ਗ ਵਧੀਆ ਸੀ ਸਾਰੇ ਹਾਂਜੀ ਭਾਜੀ ਫਿਲਮ ਕਿਵੇਂ ਲੱਗੀ ਲਾਈਏ ਜੇ ਯਾਰੀਆਂ ਹਾਂਜੀ ਦੱਸੋ ਦੱਸੋ ਵਧੀਆ ਸੀ ਫਿਲਮ ਵਧੀਆ ਸੀ ਫਿਲਮ ਤੇ ਕਿੰਨੇ ਸਟਾਰ ਪੰਜਾਂ ਵਿੱਚੋਂ ਅਗਰ ਦੇਣੇ ਹੋਣ ਤਾਂ ਚਾਰ ਬਾਈ ਚਾਰ ਚਾਰ ਦੇ ਰਹੇ ਨੇ ਜੀ ਸਾਰੇ ਜਣੇ ਭਾਜੀ ਕਿਵੇਂ ਲੱਗੀ ਫਿਲਮ ਲਾਈਏ ਜੇ ਯਾਰੀਆਂ ਵਧੀਆ ਸੀ ਭਾਜੀ ਬਹੁਤ ਵਧੀਆ ਐਕਟਿੰਗ ਸੀ ਹਾਂਜੀ ਥੈਂਕ ਯੂ ਤੇ ਕਿਹਦੀ ਐਕਟਿੰਗ ਸਭ ਤੋਂ ਜ਼ਿਆਦਾ ਵਧੀਆ ਮਤਲਬ ਬਹੁਤ ਸਾਰੇ ਕਿਰਦਾਰ ਸੀ ਅਮਰਿੰਦਰ ਗਿੱਲ ਜੀ ਦਾ ਰੂਬੀਨਾ ਬਾਜਵਾ ਹਰੀਸ਼ ਵਰਮਾ ਰੂਪੀ ਗਿੱਲ ਬਹੁਤ ਵਧੀਆ ਐਕਟਰ ਬਿਲਕੁਲ ਜੀ ਹਰੀਸ਼ ਵਰਮਾ ਜੀ ਥੀਏਟਰ ਆਰਟਿਸਟ ਨੇ ਬਹੁਤ ਵਧੀਆ ਉਹਨਾਂ ਦਾ ਵੀ ਰੋਲ ਸੀ ਉਸ ਤੋਂ ਬਾਅਦ ਅਮਰਿੰਦਰ ਗਿੱਲ ਜੀ ਦਾ ਕਾਫੀ ਅੱਛਾ ਰੋਲ ਸੀ ਗਾਣੇ ਵਗੈਰਾ ਡਾਇਲੋਗ ਵਗੈਰਾ ਸਭ ਵਧੀਆ ਬਹੁਤ ਵਧੀਆ ਮੂਵੀ ਹਾਂਜੀ ਭਾਈ ਥੈਂਕ ਯੂ ਭਾਜੀ ਥੈਂਕ ਯੂ ਹਾਂਜੀ ਤੇ ਹੋਰ ਵੀ ਭਾਜੀ ਕਿਵੇਂ ਲੱਗੀ ਲਾਈਏ ਜੇ ਯਾਰੀਆਂ ਫਿਲਮ ਬਹੁਤ ਵਧੀਆ ਫਿਲਮ ਆ ਜੀ ਬਹੁਤ ਵਧੀਆ ਹਾਂਜੀ ਹਾਂਜੀ ਕਿਤੇ ਚਾਰ ਪੰਜਾਂ ਵਿੱਚ ਹੁੰਦੇ ਨੇ ਹੁਣ ਤਾਂ ਚਾਰ ਦੇ ਦਾਂਗੇ ਜੀ ਕੀ ਬਾਤ ਹੈ ਭਾਜੀ ਤੇ ਸਭ ਤੋਂ ਜ਼ਿਆਦਾ ਵਧੀਆ ਐਕਟਿੰਗ ਕਿਹਦੀ ਲੱਗੀ ਗਿੱਲ ਭਾਜੀ ਦੀ ਆਪਣੀ ਗਿੱਲ ਰੂਪੀ ਗਿੱਲ ਜੀ ਦੀ ਅਮਰਿੰਦਰ ਗਿੱਲ ਅਮਰਿੰਦਰ ਗਿੱਲ ਜੀ ਦੀ ਹਾਂਜੀ ਤੇ ਬਹੁਤ ਵਧੀਆ ਫਿਲਮ ਹੈ ਜੀ ਜਿਵੇਂ ਸਾਰੇ ਜਣੇ ਮੁਸਕਰਾ ਕੇ ਨਿਕਲ ਰਹੇ ਨੇ ਅਜੇ ਮੈਲਬਨ ਦੇ ਵਿੱਚ ਅੱਜ ਹੀ ਜਿਹੜੀ ਫਿਲਮ ਰਿਲੀਜ਼ ਹੋਈ ਹੈ ਜਿਵੇਂ ਕਿ ਵਰਲਡ ਵਾਈਡ ਤੁਹਾਨੂੰ ਪਤਾ 7 ਜੂਨ ਨੂੰ ਰਿਲੀਜ਼ ਹੋਣੀ ਸੀ ਹਾਂਜੀ ਆਓ ਜੀ ਭਾਜੀ ਕਿਵੇਂ ਲੱਗੀ ਫਿਲਮ ਇੱਧਰ ਆਓ ਚਾਨਣੇ 'ਚ ਹੋਰ ਸਮਝਦਾ ਮੇਰੀ ਗੱਲ ਹਾਂਜੀ ਸਮਝੇ ਜੀ ਹਾਂਜੀ ਅਗਰ ਤੁਸੀਂ ਫਿਲਮ ਦੇਖੋਗੇ ਤਾਂ ਤੁਸੀਂ ਵੀ ਸਮਝੋਗੇ ਕਿ ਸਮਝਦਾ ਮੇਰੀ ਗੱਲ ਹੈਗੀ ਚੀਜ਼ ਆ ਕਿਵੇਂ ਲੱਗੀ ਫਿਲਮ ਵਧੀਆ ਲੱਗੀ ਜੀ ਵਧੀਆ ਲੱਗੀ ਸਭ ਤੋਂ ਵਧੀਆ ਕੀ ਵਧੀਆ ਲੱਗਾ ਅੰਬਰਦੀਪ ਹੋਣਾ ਮੈਨੂੰ ਸਭ ਤੋਂ ਵਧੀਆ ਲੱਗੀ ਪਰਸਨਲੀ ਐਕਟਿੰਗ ਉਹ ਗੱਲ ਮੈਂ ਕਿਹਾ ਜੀ ਪੂਰੀ ਸਮਝਦੇ ਆ ਜੀ ਹਾਂਜੀ ਸਮਝਦੇ ਹੋ ਕੀ ਗੱਲ ਮੈਂ ਦੁਬਾਰਾ ਦੁਬਾਰਾ ਕਹਿ ਰਿਹਾ ਮੂਵੀ ਦੇਖੋਗੇ ਪਤਾ ਲੱਗੂਗਾ ਲਾਈਏ ਜੇ ਯਾਰੀਆਂ ਤੇ ਕਿੱਦਾਂ ਲੱਗੀ ਫਿਲਮ ਅਗਰ ਓਵਰਆਲ ਗੱਲ ਦੇਖੀ ਜਾਵੇ ਨਹੀਂ ਬਹੁਤ ਵਧੀਆ ਸੀ ਫਿਲਮ ਜੀ ਅਮਰਿੰਦਰ ਗਿੱਲ ਦੀ ਐਕਟਿੰਗ ਬਹੁਤ ਵਧੀਆ ਲੱਗੀ ਆਪਾਂ ਨੂੰ ਹਾਂਜੀ ਤੇ ਡਾਇਲੌਗ ਡਿਲੀਵਰੀ ਬਹੁਤ ਵਧੀਆ ਸੀ ਡਾਇਲੌਗਸ ਤਾਂ ਸਹੀ ਡਾਇਲੌਗਸ ਤਾਂ ਬਹੁਤ ਜ਼ਿਆਦਾ ਪਿਆਰੇ ਸੀ ਆਪਾਂ ਬੱਚਿਆਂ ਨੂੰ ਵੀ ਨਾਲ ਪੁੱਛ ਲੈਂਦੇ ਹਾਂ ਹੈਲੋ ਹਾਉ ਯੂ ਹਾਂਜੀ ਫਿਲਮ ਕਿਵੇਂ ਲੱਗੀ ਤੁਹਾਨੂੰ ਲਾਈਏ ਜੇ ਯਾਰੀਆਂ ਇੱਧਰ ਆ ਕੇ ਹਾਂਜੀ ਬਹੁਤ ਅੱਛੀ ਜੀ ਬਹੁਤ ਹੀ ਵਧੀਆ ਮੂਵੀ ਐਕਸੀਲੈਂਟ ਮੂਵੀ ਐਕਸੀਲੈਂਟ ਤਾਂ ਸਭ ਤੋਂ ਜ਼ਿਆਦਾ ਕੀ ਖਾਸ ਸੀ ਕੀ ਫਿਲਮ ਦੇ ਵਿੱਚ ਖਾਸ ਲੱਗਾ ਸਟੋਰੀ ਡਾਇਲੌਗਸ ਐਕਟਿੰਗ ਗਾਣੇ 뮤직 ਭਾਜੀ ਬੜੀ ਰੀਅਲ ਜੀ ਸਟੋਰੀ ਸੀ ਬਹੁਤ ਵਧੀਆ ਸੀ ਬੜੀ ਅੱਛੀ ਲੱਗੀ ਜੀ ਅਮਰਿੰਦਰ ਗਿੱਲ ਭਾਜੀ ਦੀਆਂ ਮੂਵੀਜ਼ ਅੱਗੇ ਵੀ ਬਹੁਤ ਅੱਛੀਆਂ ਹੁੰਦੀਆਂ ਇਹ ਵੀ ਬਹੁਤ ਬੈਸਟ ਮੂਵੀ ਸੀ ਬਹੁਤ ਥੈਂਕ ਯੂ ਜੀ ਤੇ ਤੁਹਾਨੂੰ ਕਿੱਦਾਂ ਲੱਗੀ ਹਾਂਜੀ ਤੇ ਅਗਰ ਸਟਾਰ ਦੀ ਗੱਲ ਕਰਾਂ ਰੇਟਿੰਗਸ ਦੇਣੀ ਹੋਵੇ ਪੰਜਾਂ ਵਿੱਚੋਂ ਕਿੰਨੇ ਕੁ ਰੇਟਿੰਗ ਦੇ ਸਕਦੇ ਹੋ 5 ਹਾਂਜੀ ਬੇਟਾ ਤੁਹਾਨੂੰ ਕਿੱਦਾਂ ਲੱਗੀ ਫਿਲਮ ਹਾਂ ਗੁੱਡ ਗੁੱਡ ਤੇ ਬੇਟਾ ਬੱਚਾ ਵੀ ਕਹਿ ਰਿਹਾ ਕਿ ਗੁੱਡ ਲੱਗੀ ਇੱਥੇ ਆ ਕੇ ਦੱਸੋ ਹਾਂਜੀ ਯੂ ਡਿਡ ਯੂ ਲਾਈਕ ਦ ਫਿਲਮ ਯਾ ਵੈਰੀ ਗੁੱਡ ਵਾਟ ਡੂ ਯੂ ਲਾਈਕ ਹਾਂਜੀ ਜੀ ਬੱਚੇ ਵੀ ਨੂੰ ਵੀ ਬਹੁਤ ਅੱਛੀ ਲੱਗੀ ਹਾਂਜੀ ਭਾਜੀ ਆਓ ਜੀ ਭਾਜੀ ਵੀ ਲਾਈਏ ਜੇ ਯਾਰੀਆਂ ਫਿਲਮ ਦੇਖ ਕੇ ਨਿਕਲੇ ਨੇ ਪਹਿਲੇ ਦਿਨ ਇੱਥੇ ਅੱਜ ਰਿਲੀਜ਼ ਹੋਈ ਆ ਤੇ ਭਾਜੀ ਕਿੱਦਾਂ ਲੱਗੀ ਫਿਰ ਫਿਲਮ ਤੇ ਕਿਹਦੀ ਐਕਟਿੰਗ ਸਭ ਤੋਂ ਜ਼ਿਆਦਾ ਵਧੀਆ ਲੱਗੀ ਭਾਜੀ ਫਿਲਮ ਦੇ ਮੇਨ ਕਨੈਕਟ ਉਹਦਾ ਯਾਰ ਰੋਲ ਤੇ ਜਿਹੜੀ ਉਹ ਕੁੜੀ ਆ ਹਾਂਜੀ ਰੌਣਕ ਹਾਂਜੀ ਉਹ ਤੇ ਭਾਜੀ ਬੈਸਟ ਆ ਉਸ ਤੋਂ ਬਾਅਦ ਜਿਹੜਾ ਹਰੀਸ਼ ਵਰਮਾ ਆ ਉਹਦੀ ਐਕਟਿੰਗ ਬੈਸਟ ਆ ਅਮਰਿੰਦਰ ਗਿੱਲ ਤੇ ਭਾਜੀ ਆਈ ਬੈਸਟ ਆ ਉਹ ਤੁਹਾਨੂੰ ਪਤਾ ਹੀ ਆ ਤੇ ਬਾਕੀ ਭਾਜੀ ਫਿਲਮ ਦੀ ਰੀਸ ਨਹੀਂ ਹਾਂਜੀ ਅਮਰਿੰਦਰ ਗਿੱਲ ਤੁਹਾਨੂੰ ਬੜਾ ਬੈਸਟ ਹੀ ਹੁੰਦਾ ਹਮੇਸ਼ਾ ਬਹੁਤ ਵਧੀਆ ਮੂਵੀ ਸੀਗੀ ਥੈਂਕ ਯੂ ਭਾਜੀ ਥੈਂਕ ਯੂ ਤੇ ਥੈਂਕ ਯੂ ਹਾਂਜੀ ਭਾਜੀ ਕਿੱਦਾਂ ਲੱਗੀ ਤੁਹਾਨੂੰ ਲਾਈਏ ਜੇ ਯਾਰੀਆਂ ਆਜੋ ਭਾਜੀ ਹਾਂਜੀ ਥੈਂਕ ਯੂ ਜੀ ਹਾਂਜੀ ਰੇਡੀਓ ਦਾ ਜੀ ਬਹੁਤ ਸੋਹਣੀ ਮੂਵੀ ਜੀ ਐਜ਼ ਯੂਸੁਅਲ ਅਮਰਿੰਦਰ ਗਿੱਲ ਅੰਬਰਦੀਪ ਗਿੱਲ ਨੇ ਬਹੁਤ ਸੋਹਣਾ ਕੰਮ ਕੀਤਾ ਜੀ ਤੇ ਸੁਪਰ ਹਿੱਟ ਆ ਫਿਲਮ ਜੀ ਮੈਂ ਸਾਰਿਆਂ ਨੂੰ ਕਹਾਂਗਾ ਸਾਰੇ ਆ ਕੇ ਦੇਖੋ ਫੈਮਿਲੀ ਨਾਲ ਕੋ ਫੈਮਿਲੀ ਮੂਵੀ ਹੈ ਜੀ ਬਹੁਤ ਸੋਹਣੀ ਥੈਂਕ ਯੂ ਜੀ ਸ਼ੁਕਰੀਆ ਸ਼ੁਕਰੀਆ ਜਿਵੇਂ ਤੁਸੀਂ ਦੇਖ ਸਕਦੇ ਹੋ ਹਰ ਕੋਈ ਆਪਾਂ ਲਾਈਵ ਬਿਨਾਂ ਐਡੀਟਿੰਗ ਤੋਂ ਤੁਹਾਨੂੰ ਪਤਾ ਕਿ ਰਿਵਿਊ ਆਪਾਂ ਰਿਕਾਰਡ ਕਰ ਰਹੇ ਸੀ ਤੇ ਹਰ ਕਿਸੇ ਨੇ ਕਿਹਾ ਕਿ ਬਹੁਤ ਵਧੀਆ ਫਿਲਮ ਹੈ ਤੇ ਅਗਰ ਮੈਂ ਵੀ ਗੱਲ ਕਰਾਂ ਸਟੋਰੀ ਦੀ ਸਟੋਰੀ ਕਾਫੀ ਜ਼ਿਆਦਾ ਟਵਿਸਟ ਐਂਡ ਟਰਨਸ ਆਉਂਦੇ ਨੇ ਸਟੋਰੀ ਜਦੋਂ ਤੁਸੀਂ ਦੇਖਦੇ ਹੋ ਫਿਰ ਹੀ ਤੁਹਾਨੂੰ ਪਤਾ ਲੱਗਦਾ ਤੇ ਬਹੁਤ ਸਭ ਤੋਂ ਬੈਸਟ ਜਿਹੜੀ ਮੈਨੂੰ ਚੀਜ਼ ਲੱਗੀ ਡਾਇਲੌਗਸ ਫਿਲਮ ਦੇ ਬਹੁਤ ਹੀ ਕਮਾਲ ਨੇ 뮤직 ਨਾਲ ਬੈਕਗ੍ਰਾਉਂਡ 뮤직 ਚੱਲਦਾ ਰਹਿੰਦਾ ਬਹੁਤ ਅੱਛਾ ਹੈ ਉਸ ਤੋਂ ਬਾਅਦ ਜਿਹੜੀ ਕੈਮਿਸਟਰੀ ਆ ਜੋ ਮਤਲਬ ਮੇਨ ਕਰੈਕਟਰ ਜਿਵੇਂ ਕਿ ਇੱਕ ਆਪਾਂ ਰਿਵਿਊ ਪਹਿਲਾਂ ਹੀ ਲਿਆ ਕਿ ਇੱਕ ਜਿਹੜਾ ਕਿਹਾ ਕਿ ਮੇਨ ਕਰੈਕਟਰ ਤਾਂ ਰੌਣਕ ਦਾ ਸੀ ਜੀ ਹਾਂ ਰੌਣਕ ਟਰਾਂਸਪੋਰਟ ਤੋਂ ਰੌਣਕ ਯਾਨੀ ਕਿ ਰੂਪੀ ਗਿੱਲ ਸੀਰੀਅਸਲੀ ਫਿਲਮ ਡਿਪੈਂਡ ਕਰਦੀ ਹੈ ਰੂਪੀ ਦੇ ਮੈਂ ਦੱਸਦਾ ਨਾਲ ਹਰੀਸ਼ ਵਰਮਾ ਦੀ ਪੂਰੀ ਆਈ ਥਿੰਕ 5 out of 5 ਜੋ ਉਹਨਾਂ ਨੇ ਕੰਮ ਕੀਤਾ ਜੋ ਉਹਨਾਂ ਨੂੰ ਕੰਮ ਮਿਲਿਆ ਬਹੁਤ ਹੀ ਜ਼ਿਆਦਾ ਕਾਬਿਲ ਤਾਰੀਫ ਸੀ ਜਿਵੇਂ ਕਿ ਪਹਿਲਾਂ ਵੀ ਬਹੁਤ ਜਣੇ ਕਹਿ ਚੁੱਕੇ ਨੇ ਅਮਰਿੰਦਰ ਗਿੱਲ ਤਾਂ ਹੈ ਹੀ ਅੱਤ ਤੇ ਰੁਬੀਨਾ ਬਾਜਵਾ ਦਾ ਵੀ ਰੋਲ ਬਹੁਤ ਹੀ ਪਿਆਰਾ ਸੀ ਤੇ ਉਹਨਾਂ ਦੀ ਵੀ ਕੈਮਿਸਟਰੀ ਜਿੰਨੀ ਵੀ ਸੀ ਹਰੀਸ਼ ਦੇ ਨਾਲ ਬਹੁਤ ਹੀ ਪਿਆਰੀ ਸੀ ਤੇ ਫਿਲਮ ਇਸ ਕਰਕੇ ਤੁਸੀਂ ਦੇਖ ਸਕਦੇ ਹੋ ਕਿ ਤੁਹਾਨੂੰ ਜਿਹੜਾ ਆਈ ਥਿੰਕ ਯਾਰੀਆਂ ਜਦੋਂ ਲੱਗਦੀਆਂ ਨੇ ਤਾਂ ਕਿੱਦਾਂ ਦਾ ਫੀਲ ਹੁੰਦਾ ਉਸ ਤੋਂ ਬਾਅਦ ਜਦੋਂ ਕੋਈ ਟਵਿਸਟ ਐਂਡ ਟਰਨਸ ਆਉਂਦੇ ਨੇ ਜ਼ਿੰਦਗੀ ਦੇ ਵਿੱਚ ਤਾਂ ਕਿੱਥੇ ਕਿੱਥੇ ਆਪਾਂ ਨੂੰ ਕੀ ਫੈਸਲਾ ਲੈਣਾ ਪੈਂਦਾ ਤੇ ਸਾਰੀਆਂ ਚੀਜ਼ਾਂ ਤੁਹਾਨੂੰ ਫਿਲਮ ਦੇ ਵਿੱਚ ਪਤਾ ਲੱਗ